ਅਸਲਾਮ ਅਲੈਕੁਮ ਅੱਜ ਇਤਵਾਰ ਹੈ ਜਮਾਦੁਲ ਅਵਲ ਦੀ ਪੰਜੀ ਪੋ ਦੀ 28 ਤੇ ਜਨਵਰੀ ਦੀ 9 ਤਾਰੀਖ ਇਹ ਰੇਡੀਓ ਪਾਕਿਸਤਾਨ ਹੈ ਸਮਰਾ ਯੂਸਫ ਤੋਂ ਖਬਰਾਂ ਸੁਣੋ ਪਹਿਲਾ ਖਾਸ ਖਾਸ ਖਬਰਾਂ ਦਾ ਖੁਲਾਸਾ ਰਾਤੀ ਬਿਜਲੀ ਦੇ ਵੱਡੇ ਬ੍ਰੇਕਡਾਊਨ ਤੋਂ ਬਾਅਦ ਬਿਜਲੀ ਦੀ ਬਹਾਲੀ ਲਈ ਕੋਸ਼ਿਸ਼ਾਂ ਜਾਰੀ ਨੇ ਵਜ਼ੀਰ ਆਜ਼ਮ ਨੇ ਕਿਹਾ ਹੈ ਕਿ ਹਕੂਮਤ ਮੁਲਕ ਵਿੱਚੋਂ ਫਿਰਕਾਵਾਰੀਅਤ ਦੇ ਖਾਤਮੇ ਲਈ ਕੋਸ਼ਿਸ਼ਾਂ ਕਰ ਰਹੀ ਹੈ ਇਤਲਾਦ ਦੇ ਵਜ਼ੀਰ ਨੇ ਕਿਹਾ ਹੈ ਕਿ ਲੋਕਾਂ ਦਾ ਵਜ਼ੀਰ ਆਜ਼ਮ ਇਮਰਾਨ ਖਾਨ ਦੀ ਕਿਆਦਤ ਉੱਤੇ ਮੁਕੰਮਲ ਯਕੀਨ ਹੈ ਸਿਆਸੀ ਮਾਮਲਿਆਂ ਬਾਰੇ ਵਜ਼ੀਰ ਆਜ਼ਮ ਦੇ ਖਾਸੀ ਮੁਆਵਨ ਨੇ ਕਿਹਾ ਹੈ ਕਿ ਹਕੂਮਤ ਪਾਣੀ ਦੀ ਨਿਕਾਸੀ ਦੇ ਜਾਰੀ ਮਨਸੂਬਿਆਂ ਨੂੰ ਛੇਤੀ ਮੁਕੰਮਲ ਕਰਨ ਤੇ ਨਵੀਆਂ ਸਕੀਮਾਂ ਸ਼ੁਰੂ ਕਰਨ ਉੱਤੇ ਸਭ ਤੋਂ ਵੱਧ ਧਿਆਨ ਦੇ ਰਹੀ ਹੈ ਤੁਸੀਂ ਪੂਰੀਆਂ ਖਬਰਾਂ ਸੁਣੋ ਪਿਛਲੀ ਅੱਧੀ ਰਾਤੀ ਮੁਲਕ ਭਰ ਵਿੱਚ ਬਿਜਲੀ ਦੇ ਨਿਜ਼ਾਮ 'ਚ ਖਰਾਬੀ ਦੀ ਵਜ੍ਹਾ ਤੋਂ ਬਹੁਤ ਵੱਡਾ ਬ੍ਰੇਕਡਾਊਨ ਹੋਇਆ ਤਵਨਾਈ ਡਿਵੀਜ਼ਨ ਦੇ ਤਰਜਮਾਨ ਦੇ ਮੁਤਾਬਕ ਬ੍ਰੇਕਡਾਊਨ ਉਸ ਵੇਲੇ ਹੋਇਆ ਜਦੋਂ ਬਿਜਲੀ ਦੇ ਨਿਜ਼ਾਮ ਵਿੱਚ ਫ੍ਰੀਕੁਐਂਸੀ 50 ਤੋਂ 0 ਹੋ ਗਈ ਉਹਨਾਂ ਕਹੇ ਕਿ ਮੁਲਕ ਵਿੱਚ ਬਿਜਲੀ ਆਹਸਾ-ਇਹਸਾ ਬਹਾਲ ਕੀਤੀ ਜਾ ਰਹੀ ਹੈ ਤਰਜਮਾਨ ਨੇ ਇਹ ਵੀ ਕਿਹਾ ਕਿ ਤਵਨਾਈ ਦੇ ਵਜ਼ੀਰ ਉਮਰ ਅਯੂਬ ਬਿਜਲੀ ਦੇ ਨਿਜ਼ਾਮ ਦੀ ਬਹਾਲੀ ਦੇ ਅਮਲ ਦੀ ਖੁਦ ਨਿਗਰਾਨੀ ਕਰ ਰਹੇ ਨੇ ਉਹਨਾਂ ਕਿਹਾ ਕਿ ਤਰਬੇਲਾ ਬਿਜਲੀ ਘਰ ਤੋਂ ਤਿੰਨ ਯੂਨਿਟ ਬਹਾਲ ਕਰ ਦਿੱਤੇ ਗਏ ਨੇ ਵਾਰਸ਼ਿਕ ਬਿਜਲੀ ਘਰ ਵੀ ਚੱਲ ਚੱਲ ਪਿਆਏ ਤਰਜਮਾਨ ਨੇ ਕਿਹਾ ਕਿ ਤਦਾਈ ਰਿਪੋਰਟ ਦੇ ਮੁਤਾਬਕ ਗੁੱਦੂ ਵਿੱਚ ਰਾਤੀ 11 ਵਜੇ 11:40 ਮਿੰਟ ਉੱਤੇ ਖਰਾਬੀ ਹੋਈ ਜਿਸ ਦੇ ਨਾਲ ਬਿਜਲੀ ਚਲੀ ਉਨਾ ਕਿਹਾ ਕਿ ਬਿਜਲੀ ਦੀ ਬਹਾਲੀ ਦਾ ਕੰਮ جاری ਹੈ ਉਧਰ ਐਨਟੀ ਡੀਸੀ ਦੇ ਇੱਕ ਤਰਜਮਾਨ ਨੇ ਕਿਹਾ ਕਿ ਬ੍ਰੇਕਡਾਊਨ ਦੀ ਵਜ੍ਹਾ ਮਾਲੂਮ ਕਰਨ ਲਈ ਇੱਕ ਕਮੇਟੀ ਬਣਾ ਦਿੱਤੀ ਗਈ ਹੈ। وزیراعظم ਇਮਰਾਨ ਖਾਨ ਨੇ ਕਿਹਾ ਕਿ ਹਕੂਮਤ ਦੀ ਕੋਸ਼ਿਸ਼ ਹੈ ਕਿ ਮੁਲਕ ਦੇ ਲੋਕਾਂ ਵਿੱਚ ਏਕਾ ਹੋਏ ਤੇ ਫਿਕਾਵਾਰੀਅਤ ਖਤਮ ਹੋਏ। ਉਹਨਾਂ ਇਹ ਗੱਲ ਕੋਈਟਾ ਵਿੱਚ ਮੱਚਵਾਕੇ ਦੇ ਗਮਜ਼ਦਾ ਖਾਨਦਾਨਾ ਨਾਲ ਗੱਲਾਂ ਕਰਦੇ ਹੁਆਂ ਕਿ ਉਹਨਾਂ ਕਿਹਾ ਕਿ ਪੂਰੀ ਕੌਮ ਨੇ ਹਜ਼ਾਰਾ ਬਰਾਦਰੀ ਦੇ ਦੁੱਖ ਨੂੰ ਮਹਿਸੂਸ ਕੀਤਾ ਹੈ ਤੇ ਉਹਦੇ ਨਾਲ ਖੜੀ ਏ। ਵਜ਼ੀਰ ਆਜ਼ਮ ਨੇ ਕਿਹਾ ਕਿ 80 ਹਜ਼ਾਰਾਂ ਬਰਾਦਰੀ ਨੂੰ ਕਲਿਆਣੇ ਛੱਡਾਂਗੇ ਤੇ ਉਹਦੇ ਨਾਲ ਕੀਤੇ ਸਾਰੇ ਵਾਦੇ ਪੂਰੇ ਕਰਾਂਗੇ। ਵਜ਼ੀਰ ਆਜ਼ਮ ਨੇ ਕਿਹਾ ਕਿ ਇਸ سلسلے ਵਿੱਚ ਠੋਸ ਇਤਲਾਮਾ ਮੌਜੂਦ ਨੇ ਕਿ ਭਾਰਤ ਮੁxtਲਫ ਉਲਮਾ ਉੱਤੇ ਹਮਲੇ ملک ਵਿੱਚ ਅਫਰਾ ਤਫਰੀ ਪਾਣਾ ਚਾਹੁੰਦੀ ਏ। ਵਜ਼ੀਰ ਆਜ਼ਮ ਨੇ ਕਿਹਾ ਕਿ ਮਚਦਾ ਸਾਨਿਆ ਵੀ ਇਸ ਸਾਜ਼ਿਸ਼ ਦਾ ਹਿੱਸਾ ਏ। ਉਹਨਾਂ ਦੁਸ਼ਮਨ ਦੇ

ਪੂਰਾ ਯਕੀਨ ਰੱਖਦੇ ਨੇ ਕਿਉਂ ਜੇ وزیراعظم ਨੂੰ ਗਰੀਬਾਂ ਦਾ ਬੜਾ ਖਿਆਲ ਹੈ। ਨੀਜੀ ਟੀਵੀ ਚੈਨਲ ਉੱਤੇ ਗੱਲਾਂ ਕਰਦੇ ਹੋਇਆਂ ਉਹਨਾਂ ਕਹਿੰਿਆ ਕਿ ਹਕੂਮਤ ਨੇ وزیراعظم ਦੀ ਸੋਚ ਦੇ ਮੁਤਾਬਕ ਗਰੀਬਾਂ ਦੀ ਭਲਾਈ ਵਾਸਤੇ ਅਹਿਸਾਸ ਪ੍ਰੋਗਰਾਮ ਕਫਾਰਤ ਸਿਹਤਕਾਰ ਸਣੇ ਬੜੇ ਪ੍ਰੋਗਰਾਮ ਸ਼ੁਰੂ ਕੀਤੇ ਨੇ। ਸ਼ਿਬਰੀ ਫਰਾਜ਼ ਦਾ ਕਹਿਣਾ ਸੀ ਕਿ ਹਕੂਮਤ ਦੀਆਂ ਮੌਸਰ ਪਾਲਿਸੀਆਂ ਤੇ ਕਾਨੂੰਨ نافذ ਕਰਨ ਵਾਲੇ ਈਦਾਰੀਆਂ ਦੀਆਂ ਕਾਰਵਾਈਆਂ ਦੇ ਨਤੀਜੇ ਵਿੱਚ ਮੁਲਕ ਵਿੱਚ ਵਿੱਦਿਆਸ਼ਿਤ ਗੜਦੀ ਤਕਰੀਬਨ ਮੁੱਕ ਗਈ ਹੈ। ਇੱਕ ਸਵਾਲ ਉੱਤੇ ਉਹਨਾਂ ਕਹਿਆ ਕਿ ਭਾਰਤ ਪਾਕਿਸਤਾਨ ਵਿੱਚ دہشت گردਾਂ ਦੀ مالی ਮਦਦ ਕਰ ਰਿਹਾ ਏ ਤੇ ਅਫਰਾ ਤਫਰੀ ਪਾਣ ਦੀਆਂ ਸਾਜ਼ਿਸ਼ਾਂ ਵਿੱਚ ਮਲਬਸੇ। ਇੱਕ ਹੋਰ ਸਵਾਲ ਉੱਤੇ ਵਫਾਕੀ ਵਜ਼ੀਰ ਦਾ ਕਹਿਣਾ ਸੀ ਕਿ ਪਾਕਿਸਤਾਨ ਤੇ 사ウਦੀ ਅਰਬ ਵਿਚਕਾਰ ਬੜੇ ਯਾਰਾਂ ਵਾਲੇ ਤਾਲੁਕ ਨੇ ਤੇ 사ウਦੀ ਅਰਬ ਦੇ ਖਾਰਜਾ ਵਜ਼ੀਰ ਛੇਤੀ ਪਾਕਿਸਤਾਨ ਆਉਣਗੇ। ਤਜਾਰਤ ਬਾਰੇ ਮੁਸ਼ੀਰ ਅਬਦੁਲ ਰਜ਼ਾਕ ਦਾਊਦ ਨੇ ਕਿਹਾ ਹੈ ਕਿ ਬਰਤਾਨੀਆ ਲਈ ਪਾਕਿਸਤਾਨੀ ਬਰਾਮਦਾਤ ਮਾਲੀ ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ 1 ਅਰਬ ਡਾਲਰ ਤੋਂ ਵੱਧ ਗਈਆਂ ਨੇ ਇੱਕ ਟਵੀਟ ਵਿੱਚ ਉਹਨਾਂ ਕਿਹਾ ਕਿ ਬਰਤਾਨੀਆ ਲਈ ਬਰਾਮਦਾਤ ਵਿੱਚ ਮਜਮੂਈ ਵਾਧਾ 21 ਫੀਸਦ ਹੋਇਆ ਹੈ ਤੇ ਪਿਛਲੇ ਸਾਲ ਇਹ ਬਰਾਮਦਾਤ 85 ਕਰੋੜ 20 ਲੱਖ ਡਾਲਰ ਸਨ ਜਦ ਕਿ ਇਸ ਵਾਰੀ ਇਹ ਵੱਧ ਕੇ 1 ਅਰਬ 2 ਲੱਖ ਡਾਲਰ ਤੋਂ ਵੱਧ ਰਹੀਆਂ ਨੇ ਪਾਕਿਸਤਾਨ ਤੇ ਜਨੂਬੀ ਕੋਰੀਆ ਨੇ ਆਜ਼ਾਦਾਨਾ ਤਜਾਰਤ ਬਾਰੇ ਮੁਜਵਜ਼ਾ ਮੌਇਦੇ ਲਈ ਹੋਰ ਗੱਲਬਾਤ ਕਰਨ ਉੱਤੇ ਇਤਫਾਕ ਕੀਤਾ ਹੈ। ਮੌਇਦੇ ਦਾ ਮਕਸਦ ਦੋਵਾਂ ਮੁਲਕਾਂ ਵਿਚਕਾਰ ਤਜਾਰਤ ਨੂੰ ਵਧਾਣਾ ਹੈ। ਤਜਾਰਤ ਦੀ ਵਿਜ਼ਾਰਤ ਦੇ ਇੱਕ ਅਫਸਰ ਨੇ ਏਪੀਪੀ ਨੂੰ ਦੱਸਿਆ ਕਿ ਇਸ ਹਵਾਲੇ ਨਾਲ ਤਜਾਰਤ ਬਾਰੇ مشترਕਾ ਕਮੇਟੀ ਦੇ اجلاس ਵਿੱਚ ਇੱਕ ਮੌਇਦਾ ਕੀਤਾ ਗਿਆ ਹੈ। ਵੀਡੀਓ ਲਿੰਕ ਦੇ ਜ਼ਰੀਏ ਹੋਏ اجلاس ਵਿੱਚ ਦੋਵਾਂ ਮੁਲਕਾਂ ਨੇ ਤਜਾਰਤ ਦੇ ਮختلف ਸ਼ੋਭੀਆਂ ਵਿੱਚ ਤਾਵਨ ਵਧਾਉਣ ਉੱਤੇ ਇਤਫਾਕ ਕੀਤਾ। ਉਨਾ ਕਿਹਾ ਕਿ ਆਜ਼ਾਦਾਨਾ ਤਜਾਰਤੀ ਮੁਆਹਿਦੇ ਨੂੰ ਸਿਓਲ ਵਿੱਚ ਦੋਵਾਂ ਮੁਲਕਾਂ ਚ ਹੋਣ ਵਾਲੀ ਗੱਲਬਾਤ ਵਿੱਚ ਪੇਸ਼ ਕੀਤਾ ਜਾਏਗਾ। ਇਹ ਖਬਰਾਂ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ। ਸੂਡਾਨ ਦੇ ਲੋਕਾਂ ਨਾਲ ਖੈਰਸਗਾਲੀ ਤੇ ਯਕਜੈਤੀ ਦੇ ਤੌਰ ਤੇ ਪਾਕਿਸਤਾਨ ਨੇ ਹਾਲੀਆ ਸਿਲਾਬ ਤੋਂ متاثر ਲੋਕਾਂ ਲਈ ਆਮ ਇਸਤੇਮਾਲ ਦੀਆਂ ਚੀਜ਼ਾਂ ਦੇ ਇਮਦਾਦੀ ਸਮਾਨ ਨਾਲ ਭਰਿਆ ਜਾਜ਼ ਸੀ 130 ਭਿਜਵਾਇਆ ਹੈ। ਸੁਦਾਂਦੇ ਇਨਸਾਨੀ امداد ਲਈ ਕਸ਼ਮੀਰ ਕਮਿਸ਼ਨਰ ਜਨਰਲ ਨੇ ਪਾਕਿਸਤਾਨ ਵੱਲੋਂ ਭਜਵਾਇਆ ਗਿਆ امدادی ਸਮਾਨ ਵਸੂਲ ਕੀਤਾ ਤੇ ਪਾਕਿਸਤਾਨ ਦਾ ਸ਼ੁਕਰੀਆ ਅਦਾ ਕੀਤਾ। ਸਿਆਸੀ ਮਾਮਲਿਆਂ ਬਾਰੇ ਵਜ਼ੀਰ ਆਜ਼ਮ ਦੇ ਖੁਸੂਸੀ ਮੌਵਨ ਮਲਕ ਆਮਰ ਡੋਗਰ ਨੇ ਕਿਹਾ ਕਿ ਪਾਕਿਸਤਾਨ ਤਰੀਕ ਇਨਸਾਫ ਨੇ وزیراعظم ਇਮਰਾਨ ਖਾਨ ਦੀ ਸ਼ਾਨਦਾਰ ਕਾਇਦਤ ਵਿੱਚ ਮੁਲਕ ਨੂੰ ਤਰੱਕੀ ਦੀ ਰਾਹ ਉੱਤੇ ਟੋਰ ਦਿੱਤਾ ਹੈ। ਬੁਲਤਾਨ ਵਿੱਚ ਮੀਡੀਆ ਨਾਲ ਗੱਲਾਂ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਹਕੂਮਤ ਲੋਕਾਂ ਨੂੰ ਫੌਰੀ ਸਹੂਲਤਾਂ ਦੇਣ ਲਈ ਕੰਮ ਕਰ ਰਹੀ ਏ ਉਹਨਾਂ ਦਾ ਕਹਿਣਾ ਸੀ ਕਿ ਪਿਛਲੀਆਂ ਹਕੂਮਤਾਂ ਨੇ ਆਵਾਮ ਦਾ ਪੈਸਾ ਲੁੱਟਿਆ ਤੇ ਮੈਟਰੋਬੱਸ ਮਨਸੂਬਾ ਐਸ ਲੁੱਟਮਾਰ ਦੀ ਖੁੱਲੀ ਮਿਸਾਲ ਏ ਉਹਨਾਂ ਕਿਹਾ ਕਿ ਹਕੂਮਤ ਪਾਣੀ ਦੀ ਨਿਕਾਸੀ ਦੇ ਜਾਰੀ ਮਨਸੂਬਿਆਂ ਨੂੰ ਮੁਕੰਮਲ ਕਰਨ ਦੇ ਨਾਲ ਨਾਲ ਨਵੇਂ ਮਨਸੂਬੇ ਸ਼ੁਰੂ ਕਰ ਰਹੀ ਏ ਪੰਜਾਬ ਵਿੱਚ ਜੰਗਲਾਤ ਜੰਗਲੀ ਹਯਾਤ ਤੇ ਮਾਹੀ ਪਰਵਰੀ ਦੇ ਵਜ਼ੀਰ ਸੈਦ ਹਮਸਾਮ ਬੁਖਾਰੀ ਨੇ ਕਿਹਾ ਹੈ ਕਿ ਹਕੂਮਤ ਮਹਿੰਗਾਈ ਉੱਤੇ ਕਾਬੂ ਪਾਣ ਲਈ ਹਰ ਕਾਰਵਾਈ ਕਰ ਰਹੀ ਏ ਮੁਜ਼ਫਰਗੜ੍ਹ ਵਿੱਚ ਮੱਛੀਆਂ ਪਾਲਣ ਦੇ ਇੱਕ ਫਾਰਮ ਦੇ ਦੌਰੇ ਵੇਲੇ ਉਨ੍ਹਾਂ ਕਿਹਾ ਕਿ ਹਕੂਮਤ ਸਰਕਾਰੀ ਈਦਾਰੀਆਂ ਦੀ ਕਾਰਗਰਦਗੀ ਵਿਵਧਾਨ ਵੱਲ ਵੀ ਤਵੱਜੂ ਦੇ ਰਹੀ ਏ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾ ਮਿਲ ਸਕਣ ਐਸ ਤੋਂ ਪਹਿਲਾਂ ਮਾਹੀ ਪਰਵਰੀ ਦੇ ਮਹਿਕਮੇ ਨੇ ਸੁਬਾਈ ਵਜ਼ੀਰ ਨੂੰ ਮੁਖਤਫ ਤਰਕਿਆਤੀ ਸਕੀਮਾਂ ਬਾਰੇ ਦੱਸਿਆ ਸੁਬਾਈ ਵਜ਼ੀਰ ਨੇ ਮੱਛੀਆਂ ਪਾਲਣ ਦੇ ਤਲਾਬਾਂ ਤੇ ਫਾਰਮ ਦਾ ਮੁਆਇਨਾ ਕੀਤਾ ਤੇ ਉਨ੍ਹਾਂ ਨੂੰ ਹੋਰ ਬਿਹਤਰ ਬਣਾਉਣ ਬਾਰੇ ਹਦਾਇਤਾਂ ਦਿੱਤੀਆਂ ਅਸ ਵੇਲੇ ਤੱਕ ਦੀਆਂ ਖਬਰਾਂ ਮੁੱਕ ਗਈਆਂ ਹੋਰ ਖਬਰਾਂ ਤੇ ਟੱਬਰੇ ਸੁਣਨ ਲਈ ਤੁਸੀਂ ਸਾਡੀ ਵੈਬਸਾਈਟ radio.gov.pk ਨਾਲ ਜੁੜੇ ਰਹੋ